ਐਲੋਵੇਰਾ ਤੋਂ ਬਹੁਤ ਸਾਰੇ ਪ੍ਰੋਡਕਟ ਬਣਦੇ ਆ ਐਲੋਵੇਰਾ ਤੁਸੀਂ ਵੈਸੇ ਵੀ ਜੂਸ ਬਣਾ ਕੇ ਆਪਣਾ ਇਹਨੂੰ ਪੀ ਸਕਦੇ ਹੋ ਜਿਸ ਤਰ੍ਹਾਂ ਹੁਣ ਸਾਡੇ ਰੋਜੇ ਆ ਰੋਜੇ ਤੇ ਤੁਸੀਂ ਇਹ ਜੂਸ ਬਣਾ ਕੇ ਦਾ ਤੇ ਉਹ ਪੀਓ ਤੇ ਹੋਰ ਵੀ ਬੜੀ ਪ੍ਰੋਡਕਟ ਬੀ ਜਦੀ ਬਹਿ ਗਈਆਂ ਮਾਂ ਜਿਹੜੀਆਂ ਇਹ ਐਲੋਵੇਰਾ ਤੋਂ ਬਣਦੀਆਂ ਐ ਐਲੋਵੇਰਾ ਥੋੜਾ ਬਹੁਤਾ ਜੂਰ ਕਾਸ਼ਤ ਕਰੋ ਐਲੋਵੇਰਾ ਤੇ ਬਹੁਤ ਫਾਇਦੇ ਆ ਥੋੜੇ ਜਿਹੀ ਵੀਤੀ ਬਹੁਤੇ ਫਾਇਦੇ ਆ ਤੇ ਇਹ ਐਲੋਵੇਰਾ ਵੇਖਦਾ ਵੀ ਬੜਾ ਵਾ ਬਹੁਤ ਇਹ ਮਾਰਕੀਟਾਂ ਦੇ ਵਿੱਚ ਐਲੋਵੇਰਾ ਇਸ ਵੇਲੇ ਛਾਂਟ ਆ ਐਲੋਵੇਰਾ ਜਿਹੜਾ ਇਹ ਬਿਮਾਰੀਆਂ ਦੇ ਬਹੁਤ ਸਾਡੇ ਚੀਜ਼ਾਂ ਪੜਦੀਆਂ ਇਸ ਕਰਕੇ ਇਹ ਛਾਂਟ ਆ ਹੁਣ ਇੱਕ ਜਿਹੜੀ ਕੰਪਨੀਆਂ ਵਾ ਇਹ ਐਲੋਵੇਰਾ ਬਜਾਉਂਦੇ ਆਂ ਆਪ ਤੇ ਇਹ ਇਸ ਐਲੋਵੇਰਾ ਮ ਕਾਸ਼ ਕਰ ਤੋਂ ਫਾਇਦਾ ਠਾਓ ਤੁਹਾਨੂੰ ਇਹਦਾ ਇਸ ਦਾ ਬਹੁਤ ਪ੍ਰਾਫਿਟ ਹੋਏਗਾ ਇਹ ਐਲੋਵੇਰਾ ਹੈਗਾ ਇੱਕ ਵਾਰੀ ਲਾਉਣਾ ਪੈਂਦਾ بار بار ਲਾਉਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਇਹਨੂੰ ਗਾਂ ਵਧਾਈ ਜਾਓ ਫਿਰ ਇਹ ਤੁਹਾਨੂੰ ਇਹ 2-3 ਅ ਮੈਂ ਜੇ ਸਾਲ ਦੇ ਵਿੱਚ 2-3 ਸਾਲ ਦੇ ਵਿੱਚ ਇਹ ਦੁੱਗਣਾ ਤਿਗੜਾ ਹੋ ਜਾਂਦਾ ਫਿਰ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਇਹ ਹੋ ਜਾਂਦਾ ਤੇ ਇਹ ਲੋ ਜਿੰਨਾ ਵੀ ਦੋਸਤੋਂ ਜ਼ਿੰਮੇਦਾਰ ਆਪਣੇ ਇਹ ਤੋਂ ਫਾਇਦਾ ਠਾਉਣ ਤੇ ਉਹ ਬਹੁਤ ਅੱਛਾ ਵਾ ਕਿ ਇਹ ਹੈ ਗਿਆ ਵਾ ਕਿ ਤੁਹਾਨੂੰ ਇਹਦੇ ਪੈਸੇ ਆਉਂਦੇ ਰਹਿਣਗੇ ਦੋ ਤਿੰਨ ਵਾਰੀ ਇਹਦੀ ਕਟਾਈ ਹੋ ਜਾਂਦੀ ਆ ਜਦੋਂ ਇਹ ਪੂਰਾ ਤਿਆਰ ਹੋ ਜਾਂਦਾ ਵਾ ਫੇਰ ਇਹ ਮੌਕਾ ਹੀ ਨਹੀਂ ਇੱਕ ਕਬੂਟੇ ਚ 4 4 5 5 ਕਿਲੋ ਇਹ ਨਿਕਲੇ ਆਉਂਦਾ ਬੂਟੇ ਜਿਹੜੇ ਥੱਲੇ ਪੱਤੇ ਹੁੰਦੇ ਆ ਇਹ ਚੰਗੇ ਮੋٹے ਹੋਏ ਤੇ ਫੇਰ ਕੱਟ ਲਈਦਾ ਬਾਕੀ ਜਦੋਂ ਤੁਸੀਂ ਬੀਜੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਤੇ ਇਹਨੂੰ ਕਿਸ ਤਰ੍ਹਾਂ ਬੀਜਣਾ ਤੇ ਇਹਦੇ ਇਹਦੇ ਦਾ ਕਿੰਨੀਆਂ ਇਹਦੀ ਪ੍ਰੋਡਕਟ ਬਣਦੀਆਂ ਵਾ ਕਿੰਨੀਆਂ ਦਵਾਈਆਂ ਦੇ ਵਿੱਚ ਇਹ ਸਵਾਲ ਹੁੰਦਾ ਵਾ ਇਹ ਆ ਕਰੀਮਾਂ ਦੇ ਵਿੱਚ ਇਸਤੇਮਾਲ ਹੁੰਦਾ ਵਾ ਤੁਤ ਫੇਸਾ ਵਿੱਚ ਇਸਤੇਮਾਲ ਹੁੰਦਾ ਵਾ ਇਹ ਵੈਸੇ ਵੀ ਮੈਂ ਖੋਦੇ ਨੂੰ ਖਾ ਰਿਆ ਭਾਏ ਦੇ ਗੁਦਾ ਗੁਦਾ ਕੱਢ ਕੇ ਨਾ ਖਾਂਦਾ ਵੀ ਆ ਤੇ ਹੁਣ ਇਹ ਰੋਜਿਆਂ ਦੇ ਵਿੱਚ ਇਹਦਾ ਮਹਜੂਰ ਚਾ ਬਣਾ ਕੇ ਨਾ ਤੇ ਉਹ ਵੀ ਰੋਜਾ ਖੋਲਿਆ ਕਰਾਂਗਾ ਨਾ ਤੇ ਮੇਰੇ ਪੱਠੇ ਪੱਠਿਆਂ ਵਾਸਤੇ ਬਹੁਤ ਮਫੀਦ ਆ ਮਦੇ ਵਾਸਤੇ ਬਹੁਤ ਮਫੀਦ ਆ ਇਹ ਹਾਜ਼ਮੇ ਵਾਸਤੇ ਬਹੁਤ ਮਫੀਦ ਆ ਤੇ ਇਹ ਕੁਝ ਜਦੋਂ ਇਹ ਆਪਣੇ ਜੋਗਾ ਤੇ ਵਿੱਚੋਂ ਬੋਤਲੇ ਤੇ ਆਪਣੇ ਜੋਗਾ ਥੋੜਾ ਬਹੁਤਾ ਬੀਜੋ ਤੇ ਇਹ ਗਾਂ ਤੋਂ ਇਹਦਾ ਪਤਾ ਲੱਗ ਜਾਏ ਤੇ ਫਿਰ ਜਿੰਨਾ ਬਾਜੀ ਬੀਜੀ ਜਿਓ ਤੇ ਇਹ ਪਹਿਲਾਂ ਆਪਣੇ ਜੋਗਾ ਆਪਣੇ ਦੇ ਜਿਹੜਾ ਘਰ ਸਮਾਲ ਕਰਨੇ ਉਹਨਾਂ ਉਹ ਬੀਜੋ ਫਿਰ ਇਹਦੀ ਖਾਦ ਬੜੀ ਬਿਹਤਰੀ ਮਰਦੀ ਆ ਪਰ ਇਹ ਖਾਦ ਇਹਦੀ ਪੱਤੇ ਜਿਹੜੇ ਆ ਉਹ ਕੱਟ ਕੇ ਤੇ ਇਹ ਆਪਣੇ ਉਹਦੇ ਵਿੱਚ ਪਾਓ ਇਹ ਬਸ ਇੱਕ ਬੋ